ਮੈਂ ਪੀਮ ਜੈਪਰ, ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ। ਇਹ ਜੋ ਖਬਰ ਤੁਸੀਂ ਦੇਖਣ ਜਾ ਰਹੇ ਹੋ ਹਲਕਾ ਸਾਹਨੇਵਾਲ ਵਿੱਚ ਪੈਂਦੇ ਥਾਣਾ ਖੂਮ ਕਲਾਂ ਦੇ ਪਿੰਡ ਬੌਂਕੜ ਗੁਜਰਾ ਤੋਂ ਹੈ, ਜਿੱਥੋਂ ਦੇ ਰਹਿਣ ਵਾਲੇ ਰਮੇਸ਼ ਲਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੇ ਗਵਾਂਢ ਵਿੱਚ ਰਹਿਣ ਵਾਲੇ ਹਰਬਿਲਾਸ ਨੇ ਆਪਣੇ ਘਰ ਦੇ ਲੈਟਰਿਨ ਅਤੇ ਬਾਥਰੂਮ ਦਾ ਪਾਣੀ ਸਾਡੇ ਘਰ ਵੱਲ ਨੂੰ ਲੱਗਦੀ ਗਲੀ ਵਿੱਚ ਛੱਡਿਆ ਹੋਇਆ ਹੈ। ਇਹ ਪਾਈਪ ਕਾਫੀ ਉੱਪਰ ਹੈ, ਜਿਸ ਕਰਕੇ ਆਉਣ ਜਾਣ ਵਾਲੇ ਲੋਕਾਂ ਉੱਪਰ ਗੰਦੇ ਪਾਣੀ ਦੇ ਛਿੱਟੇ ਪੈਂਦੇ ਹਨ ਅਤੇ ਗੰਦੀ ਸਮੈਲ ਆਉਂਦੀ ਰਹਿੰਦੀ ਹੈ। ਇਹ ਬਦਬੂਦਾਰ ਪਾਣੀ ਤੋਂ ਪਰੇਸ਼ਾਨ ਪਿੰਡ ਵਾਸੀਆਂ ਅਤੇ ਮੈਂ ਵੀ ਥਾਣੇ ਵਿੱਚ ਅਤੇ ਮਾਨਯੋਗ ਸੈਸ਼ਨ ਜੱਜ ਲੁਧਿਆਣਾ ਸਾਹਿਬ ਨੂੰ ਕੰਪਲੇਂਟਾਂ ਦਿੱਤੀਆਂ ਸਨ, ਪਰ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ। ਹੁਣ ਅਸੀਂ ਮੀਡੀਆ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਬਦਬੂਦਾਰ ਪਾਣੀ ਵਾਲੇ ਪਾਈਪ ਨੂੰ ਬੰਦ ਕਰਵਾਇਆ ਜਾਵੇ ਅਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਲੁਧਿਆਣਾ ਤੋਂ ਸੁਖਵਿੰਦਰ ਕੌਰ ਦੀ ਖਾਸ ਰਿਪੋਰਟ। ਪੰਜਾਬ ਦੀ ਹਰ ਤਰ੍ਹਾਂ ਦੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਰਮੇਸ਼ ਲਾਲ ਹੈ ਜੀ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਬੌਂਕੜ ਗੁਜਰਾ ਜੀ। ਅੱਜ ਜਿਹੜਾ ਤੁਸੀਂ ਮੀਡੀਆ ਦੇ ਕੋਲ ਆਏ ਹੋ, ਇਹੋ ਜਿਹਾ ਕੀ ਮਸਲਾ ਹੋਇਆ? ਇਹ ਸਾਡੇ ਪੈਪ ਮੂਹਰੇ ਗੰਦਾ ਪਾਣੀ ਡਿੱਗਦਾ। ਕਿੰਨਾ ਦਾ? ਸਾਹਮਣੇ ਘਰ ਵਾਲਿਆਂ ਦਾ ਜੀ, ਹਰਬਿਲਾਸ ਦਾ ਜੀ ਤੇ ਸਰਜੀਤ ਹੋਣੀ। ਹਾਂਜੀ, ਪੰਜ ਜਣੇ ਆ ਜੀ। ਫਿਰ ਮੁੜ ਕੇ ਮਹੀਨੇ ਬਾਅਦ ਫਿਰ ਮੈਂ ਸਰਪੰਚ ਸਾਹਿਬ ਨੂੰ ਗਿਆ ਸਾਡੇ ਪਿੰਡ ਦੇ ਕੋਲ, ਤੇ ਉਹਨੇ ਕਹਿਣਾ ਚੱਲ ਆਪਾਂ ਇੱਥੇ ਬੁਲਾ ਕੇ ਪੁੱਛ ਲੈਂਦੇ ਹਾਂ ਕੀ ਗੱਲ ਆ। ਉਹਨਾਂ ਨੇ ਉੱਥੇ ਬੁਲਾਇਆ, ਸਰਪੰਚ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਪੈਪ ਪਾਓ, ਤੁਹਾਡਾ ਫਰਜ਼ ਬਣਦਾ ਵੀ ਗੰਦਾ ਪਾਣੀ ਡਿੱਗਦਾ ਥੱਲੇ, ਜਵਾਕ ਲੰਘਦੇ ਆ ਸਕੂਲ ਦੇ, ਹੋਰ ਲੋਕ ਲੰਘਦੇ ਆ ਵੀ ਉੱਤੇ ਪੈਂਦਾ। ਅਤੇ ਇਹਨਾਂ ਨੇ ਕੋਈ ਨਹੀਂ ਸੁਣੀ। ਉਹ ਉਲਟ ਮੈਨੂੰ ਜਦੋਂ ਮੈਂ ਆਇਆ ਜੀ ਘਰ ਨੂੰ, ਇੱਥੇ ਇੱਧਰ ਸਰਪੰਚ ਦਾ ਘਰ ਆ ਜੀ, ਆਉਂਦੇ ਨੂੰ ਰਾਹ 'ਚ ਮੈਨੂੰ ਉਹ ਗਾਲਾਂ ਕੱਢੀਆਂ ਇਹਨਾਂ ਨੇ, ਕਹਿੰਦੇ ਤੇਰੇ ਗੋਲੀ ਮਾਰ ਦਾਂਗੇ, ਤੈਨੂੰ ਜਾਨੋ ਮਾਰ ਦਾਂਗੇ ਜੇ ਗਾਂ ਚੌਂਕੀ ਦੇ ਖਿਲਾਫ਼ ਕੋਈ ਕੰਪਲੇਂਟ ਲਿਖਾਈ ਆ ਪੁਲਿਸ ਸਟੇਸ਼ਨ 'ਚ? ਹਾਂਜੀ ਲਿਖਾਈ ਹੈ ਜੀ, ਅਸੀਂ ਉੱਥੇ ਵੀ ਲਿਖਾਈ, ਮੱਤੇ ਰਹੇ ਵੀ ਜੀ, ਇੱਥੇ ਦੂਜੇ ਕੂਮ ਵੀ, ਅਤੇ ਇੱਕ ਲਿਖਾਈ ਲੁਧਿਆਣੇ ਜੀ। ਅਤੇ ਉੱਧਰੋਂ ਕੀ ਰਿਸਪੋਂਸ ਮਿਲਿਆ ਤੁਹਾਨੂੰ? ਕੋਈ ਨਹੀਂ ਜੀ, ਸਾਨੂੰ ਸੱਦ ਲੈਂਦੇ ਆ ਮਾੜਾ, ਕੋਈ ਸੁਣੀ ਨਹੀਂ ਸਾਡੀ ਗੱਲ ਬਾਤ। ਬੁਲਾ ਕੇ ਤੁਹਾਨੂੰ ਕੀ ਕਹਿੰਦੇ ਆ ਪੁਲਿਸ ਵਾਲੇ? ਸਾਨੂੰ ਕਦੇ ਕਹਿੰਦੇ ਜੀ ਸਾਡਾ ਕੰਮ ਨਹੀਂ ਹੈਗਾ ਪੈਪ ਪਾਉਣਾ, ਵੀ ਤੁਸੀਂ ਹੋਰ ਪਾਸੇ ਜਾਓ। ਅਤੇ ਪੁਲਿਸ ਵਾਲਿਆਂ ਦਾ ਹੁਣ ਕੀ ਕਹਿਣਾ ਹੈ? ਪੁਲਿਸ ਵਾਲੇ ਕਹਿੰਦੇ ਵੀ ਮਾੜਾ ਮੋਟਾ ਪਾਣੀ ਡਿੱਗਦਾ ਠੀਕ ਹੈ, ਕਹਿੰਦੇ ਕੋਈ ਗੱਲ ਨਹੀਂ, ਇਹਨਾਂ ਤੋਂ ਪਤਾ ਨਹੀਂ ਕੀ ਗੱਲਬਾਤ ਹੈ ਜੀ, ਜਿਹੜੀ ਅੰਦਰੋਂ ਗਤੀ ਕਰੀ ਜਾਂਦੇ ਆ, ਮੇਰੇ ਸਹਿਨ ਵੀ ਖੁਦ ਆਪ ਕਰੀ ਜਾਂਦਾ ਜੀ। ਅਸੀਂ ਤਾਂ ਪੈਪ ਦੀ ਮੰਗ ਕਰਦੇ ਹਾਂ, ਸਾਡੀ ਹੱਥ ਜੋੜ ਕੇ ਬੇਨਤੀ ਹੈ, ਬਸ ਪੈਪ ਪੈ ਜਾਵੇ ਸਾਡਾ, ਸਾਨੂੰ ਮੁਸ਼ਕ ਤੋਂ ਰਾਹਤ ਮਿਲੇ। ਅਸੀਂ ਸਾਰੀ ਗਰਮੀ ਜੀ ਅੰਦਰ ਬਹਿ ਕੇ ਕੱਟੀ ਹੈ ਜੀ, ਅੱਗੇ ਅਸੀਂ ਬਾਹਰ ਸੌਂਦੇ ਜੀ, ਅੰਦਰ ਅਸੀਂ ਕੱਟੀ ਹੈ। ਅਸੀਂ ਭਗਵੰਤ ਮਾਨ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਹਾਂ, CM ਦਾ, ਮੁੱਖ ਮੰਤਰੀ ਸਾਹਿਬ ਦਾ ਜੀ, ਵੀ ਜਿਹੜੀ ਐਤਕੀ ਉਹਨੇ ਲਾਈਟ ਨਹੀਂ ਕੱਟੀ ਜੀ, ਐਤਕੀ ਵਧੀਆ ਅਸੀਂ ਅੰਦਰ ਰਹੇ ਹਾਂ ਜੀ, ਨਹੀਂ ਤਾਂ ਸਾਨੂੰ ਬਹੁਤ ਔਖਾ ਹੁੰਦਾ ਹੋਇਆ ਜੀ, ਅਤੇ ਸਾਡੀ ਸੁਣਵਾਈ ਕੀਤੀ ਜਾਵੇ ਬਸ। ਲੜਾਈ ਕਰਦੇ ਆ ਸਾਡੇ ਨਾਲ ਇਹ, ਤੇ ਜਦ ਅਸੀਂ ਇੱਥੇ ਬਹਿੰਦੇ ਹਾਂ ਜਦ ਵੀ ਪਾਣੀ ਛੱਡ ਦਿੰਦੇ ਨੇ ਸਾਡੇ ਨਾਲ, ਲੜਦੇ ਵੀ ਆ, ਬਾਅਦ 'ਚ ਇੱਟਾਂ ਰੋੜੇ ਮਾਰਦੇ ਆ ਜੀ। ਅਸੀਂ ਕਈ ਵਾਰੀ ਪੁਲਿਸ ਕੋਲ ਗਏ ਹਾਂ ਜੀ, ਸਾਡੀ ਸੁਣਵਾਈ ਨਹੀਂ ਹੋਈ ਕੋਈ ਵੀ ਜੀ। ਅਤੇ ਜਦੋਂ ਤੁਹਾਡੇ ਇੱਟਾਂ ਰੋੜੇ ਮਾਰੇ, ਇਹਨਾਂ ਨੇ ਤੁਹਾਡੇ ਨਾਲ ਲੜਾਈ ਝਗੜਾ ਕੀਤਾ, ਉਦੋਂ ਕੀ ਪੁਲਿਸ ਵਾਲੇ ਇੱਥੇ ਆਏ ਸੀ? ਬਾਅਦ 'ਚ ਹੀ ਆਇਆ ਜੀ, ਪਹਿਲਾਂ ਅਸੀਂ ਰਿਪੋਰਟ ਦਿੱਤੀ ਸੀਗੀ, ਫਿਰ ਸਾਨੂੰ ਉਹ ਜੀ ਗਲਤ ਬੋਲਦੇ ਨੇ, ਕਹਿੰਦੇ ਇਹ ਕਿੰਨਾ ਕੁ ਗਾਂ ਕੀ ਆ, ਮਾੜਾ ਮੋਟਾ ਪਾਣੀ ਆ, ਵੀ ਇਹਦਾ ਕੁਛ ਨਹੀਂ ਹੈਗਾ, ਵੀ ਇਹ ਕੀ ਕਿੰਨੀ ਕੁ ਗੱਲ ਆ ਗਾਂ, ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ। ਅਤੇ ਹੁਣ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ? ਇਹੀ ਜੀ, ਸਾਡਾ ਪੈਪ ਪੈ ਜਾਵੇ, ਅਸੀਂ ਹੱਥ ਜੋੜ ਕੇ ਕਹਿੰਦੇ ਹਾਂ ਜੀ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੁਬੀਦਾ ਸਰਵਣ ਸਿੰਘ। ਅੱਜ ਜਿਹੜਾ ਤੁਸੀਂ
ਤੁਸੀਂ ਮੀਡੀਆ ਦੇ ਕੋਲ ਆਏ ਹੋ, ਕੀ ਇਹੋ ਜਿਹਾ ਕਿਹੜਾ ਵੱਡਾ ਮਸਲਾ ਹੋ ਗਿਆ ਸੀ ਤੁਹਾਨੂੰ ਜਿਹੜਾ ਮੀਡੀਆ ਦਾ ਸਹਾਰਾ ਲੈਣਾ ਪਿਆ? ਇਹ ਜਿਹੜਾ ਰਮੇਸ਼ ਲਾਲ ਸੋਢੀ ਹੈ ਮੇਰੇ ਚਾਚਾ ਜੀ ਦਾ ਲੜਕਾ, ਸਾਹਮਣੇ ਘਰ ਵਾਲੇ ਇਹਨੂੰ ਬਹੁਤ ਤੰਗ ਕਰਦੇ ਆ, ਪੈਪ ਨਹੀਂ ਪਾਉਂਦੇ ਅਤੇ ਪਾਣੀ ਜਾਣ ਬੁੱਝ ਕੇ ਛੱਡਦੇ, ਕਈ ਵਾਰੀ ਬਾਲਟੀ ਉੱਪਰ ਡੋਲ ਦਿੰਦੇ ਆ ਪਾਣੀ, ਕੀ ਇਹ ਜਾਣ ਕੇ ਛੱਡਦੇ ਆ? ਕਈ ਵਾਰੀ ਜਾਣ ਕੇ ਛੱਡਦੇ ਆ, ਕਈ ਵਾਰੀ ਬਾਥਰੂਮ 'ਚ ਆਉਂਦਾ ਪਾਣੀ, ਜਦੋਂ ਬਾਥਰੂਮ 'ਚੋਂ ਪਾਣੀ ਆਉਂਦਾ ਕਿ ਉਹ ਗੰਦਾ ਪਾਣੀ ਆਉਂਦਾ? ਹਾਂਜੀ ਗੰਦਾ ਪਾਣੀ ਆਉਂਦਾ, ਬੱਚੇ ਪੜ੍ਹਨ ਵਾਲੇ ਬੱਚੇ ਲੰਘਦੇ ਆ, ਉਹ ਵੀ ਪਰੇਸ਼ਾਨ ਹੁੰਦੇ ਆ। ਬਹੁਤ ਵਾਰੀ ਬਾਈ ਰਿਕੁਐਸਟ ਕੀਤੀ ਹੈ, ਹਰੇਕ ਨੂੰ ਅਸੀਂ ਪੰਚਾਇਤ ਤੌਰ 'ਤੇ ਕੀਤੀ ਆ, ਸਾਡਾ ਥਾਣਾ ਕੂਮ ਕਲਾਂ ਉੱਥੇ ਵੀ ਕੀਤੀ ਆ, ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇਹਨਾਂ ਇਹਨਾਂ ਨੂੰ ਮੰਨਦੇ ਨਹੀਂ ਹੈ ਜੀ, ਕਹਿੰਦੇ ਅਸੀਂ ਜੋ ਕੁਛ ਕਰਨਾ ਤੁਸੀਂ ਕਰ ਲਓ, ਅਸੀਂ ਨਹੀਂ ਪਾਉਣਾ ਪੈਪ। ਥਾਣੇ ਕੰਪਲੇਂਟ ਕਦੋਂ ਕਰਾਈ ਸੀ ਤੁਸੀਂ? ਲਗਭਗ 9 ਮਹੀਨੇ ਹੋ ਗਏ ਜੀ। 9 ਮਹੀਨਿਆਂ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ? ਗਏ ਹਾਂ ਅਸੀਂ 3 ਵਾਰੀ ਥਾਣੇ, 4 ਵਾਰੀ, ਉਹਨਾਂ ਨੇ ਬਸ ਉੱਥੇ ਜਾਂਦੇ ਆ ਜਾ ਕੇ, ਕਦੇ ਕਹਿੰਦੇ ਜੀ ਤੁਸੀਂ ਆਹ ਕਰੋ ਆਹ ਕਰੋ, ਉੱਥੇ ਕੋਈ ਪੁੱਛਦਾ ਨਹੀਂ ਸਾਨੂੰ। ਪ੍ਰਸ਼ਾਸਨ ਕੋਲੋਂ ਸਾਡੀ ਇਹੀ ਮੰਗ ਹੱਥ ਜੋੜ ਕੇ ਵੀ ਉਹ ਆਪਣਾ ਪੈਪ ਪਾ ਦੇਣ, ਅਸੀਂ ਆਪਣੇ ਘਰ ਆਰਾਮ ਨਾਲ ਰਹੀਏ।